ਫਜ਼ਿਲਕਾ ਦੇ ਵਿੱਚ ਆਏ ਤੂਫਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮਦਦ ਕਰਨ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੂਫਾਨ ਕਾਰਨ ਨੁਕਸਾਨੇ ਗਏ ਘਰਾਂ ਦੀ ਮੁਰੰਮਤ ਦੇ ਲਈ ਮੈਂਬਰ ਆਫ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਫੰਡ ਦੇ ਵਿੱਚੋਂ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪਾਰਟੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਬਾਦਲ ਨੇ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਪਿੰਡ ਬੱਕਨ ਵਾਲਾ ਅਤੇ ਹੋਰ ਥਾਵਾਂ ਦਾ ਦੌਰਾ ਕੀਤਾ, ਜਿਸ ਦੌਰਾਨ ਉਹਨਾਂ ਦੇ ਵੱਲੋਂ ਇਹ ਮਦਦ ਕਰਨ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ ਸੁਖਬੀਰ ਬਾਦਲ ਨੇ ਲੋਕਾਂ ਦੇ ਮੁਆਵਜ਼ੇ ਲਈ ਜਿਹੜਾ ਨੁਕਸਾਨ ਹੋਏ ਮੁਆਵਜ਼ੇ ਲਈ ਸਰਕਾਰ ਤੋਂ ਵੀ ਮੰਗ ਕੀਤੀ ਹੈ। ਹਾਲਾਂਕਿ ਲੋਕਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ। 5 ਲੱਖ ਰੁਪਇਆ ਘਰਾਂ ਦੀ ਮੁਰੰਮਤ ਦੇ ਲਈ ਅਤੇ 1 ਲੱਖ ਰੁਪਇਆ ਹੋਰ ਜਿਹੜਾ ਦੇਣ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਫਜ਼ਿਲਕਾ ਦੇ ਡਿਪਟੀ ਕਮਿਸ਼ਨਰ ਨਾਲ ਵੀ ਕਿਹਾ ਹੈ ਕਿ ਗੱਲ ਕੀਤੀ ਗਈ ਹੈ। ਲੋੜ ਪੈਣ 'ਤੇ ਜੇਕਰ ਐਮਰਜੈਂਸੀ ਹੋਰ ਪੈਸੇ ਚਾਹੀਦੇ ਹੋਣਗੇ ਤਾਂ ਉਹ ਵੀ ਬਾਦਲ ਦੇ ਵੱਲੋਂ ਦਿੱਤੇ ਜਾਣਗੇ। ਸੋ ਦੱਸ ਦਈਏ ਕਿ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਸੀਗੇ ਪਿੰਡ ਦੇ ਵਿੱਚ, ਪਰ ਹਾਲਾਤ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੇ ਮਦਦ ਕਰਨ ਦਾ ਐਲਾਨ ਕੀਤਾ। ਨੁਕਸਾਨੇ ਗਏ ਘਰਾਂ ਦੀ ਮੁਰੰਮਤ ਦੇ ਲਈ 5 ਲੱਖ ਰੁਪਇਆ ਭੇਜਣ ਦਾ ਐਲਾਨ ਕੀਤਾ ਅਤੇ ਨਾਲ ਹੀ ਇਸਦੇ 1 ਲੱਖ ਰੁਪਇਆ ਹੋਰ ਜਿਹੜਾ ਦੇਣ ਦਾ ਕਿਹਾ ਹੈ ਉਹਨਾਂ ਨੇ। ਅਤੇ ਇਸ ਦੇ ਨਾਲ ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਐਮਰਜੈਂਸੀ ਜ਼ਰੂਰਤ ਪੈਣ 'ਤੇ ਹੋਰ ਪੈਸਿਆਂ ਦੀ ਲੋੜ ਹੋਵੇਗੀ ਤਾਂ DC ਨਾਲ, ਇਲਾਕੇ ਦੇ DC ਨਾਲ ਗੱਲਬਾਤ ਕੀਤੀ ਗਈ ਹੈ ਤਾਂ ਹੋਰ ਪੈਸੇ ਵੀ ਐਮਰਜੈਂਸੀ ਜਿਹੜੇ ਨੇ ਉਹ ਭੇਜੇ ਜਾਣਗੇ। ਸੋ ਦੱਸ ਦਈਏ ਕਿ ਮੌਸਮ ਪੰਜਾਬ ਦੇ ਵਿੱਚ ਖਰਾਬ ਚੱਲ ਰਿਹਾ ਸੀ, ਜਿਸ ਦੌਰਾਨ ਬੇਹੱਦ ਭਿਆਨਕ ਤੂਫਾਨ ਫਜ਼ਿਲਕਾ ਦੇ ਵਿੱਚ ਆਇਆ ਸੀ ਤਾਂ ਉਸ ਤੂਫਾਨ ਨੇ ਪਿੰਡ ਦੇ ਵਿੱਚ ਤਹਿਸ ਨਹਿਸ ਸਭ ਕੁਝ ਕਰਕੇ ਰੱਖ ਦਿੱਤਾ ਸੀ। ਕਈ ਘਰ ਨੇ ਜਿਹੜੇ ਨੁਕਸਾਨੇ ਗਏ ਸੀ, ਇਸ ਦੇ ਵਿੱਚ ਜਾਨੀ ਮਾਲੀ ਨੁਕਸਾਨ ਖਾਸਾ ਹੋਇਆ ਸੀ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦੌਰਾ ਕਰਨ ਦੇ ਲਈ ਪਹੁੰਚੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲੋਕਾਂ ਦੇ ਹਾਲਾਤ ਵੇਖ ਕੇ, ਉਹ ਪਿੰਡ ਦੇ ਹਾਲਾਤ ਵੇਖ ਕੇ ਸੁਖਬੀਰ ਬਾਦਲ ਨੇ ਮਦਦ ਕਰਨ ਦਾ ਐਲਾਨ ਕੀਤਾ ਹੈ ਕਿ ਕੁਝ ਕਿਹਾ ਉਹਨਾਂ ਨੇ ਸੁਣਦੇ ਹਾਂ। ਹੁਣ ਇਹਦਾ ਕੰਪਨਸੇਸ਼ਨ ਦਾ ਕੀ ਕਰਨਾ, ਮੈਨੂੰ ਦੱਸਿਓ MP ਫੰਡ ਚੋਂ ਆਪਾਂ ਦੇ ਸਕਦੇ ਹਾਂ ਕੰਪਨਸੇਸ਼ਨ? ਨਹੀਂ, ਜਿਵੇਂ ਘਰ ਟੁੱਟੇ ਆ, ਗਰੀਬਾਂ ਦੇ ਘਰ ਟੁੱਟੇ ਆ ਜਾਂ ਕੁਛ ਤੁਸੀਂ ਐਂ ਕਰੋ, 5 ਲੱਖ ਰੁਪਇਆ ਮੇਰੇ MP ਫੰਡ ਚੋਂ ਇਮੀਡੀਏਟਲੀ ਪਿੰਡ ਨੂੰ ਦੇ ਦਿਓ, 5 ਲੱਖ ਰੁਪਇਆ ਇਮੀਡੀਏਟਲੀ ਦੇ ਦਿਓ। ਬਾਕੀ ਜਿੰਨਾ ਜਿੰਨਾ ਖਰਚਾ ਅੱਗੇ ਹੋਰ ਲੋੜ ਪਈ ਮੈਨੂੰ ਦੱਸ ਦਿਓ। ਸਾਰਿਆਂ ਦੇ ਘਰ ਜਿਹੜੇ ਟੁੱਟੇ ਉਹ ਰਿਪੇਅਰ ਕਰਾਉਣੇ ਬਣਾਉਣੇ ਆ। ਸੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਜਾਇਜ਼ਾ ਲਿਆਏਗਾ ਇੱਕ ਲੱਖ ਰੁਪਇਆ ਮੈਂ ਆਪਣੇ ਨਿੱਜੀ ਆਪਣੇ ਕੋਲੋਂ ਦੇ ਰਿਹਾ, 5 ਲੱਖ ਰੁਪਇਆ ਮੈਂ MP ਲੈਟ ਤੋਂ ਮੈਂ ਹੁਣੀ ਭੇਜ ਰਿਹਾ। ਜੇ ਮੈਂ DC ਨੂੰ ਕਹਿ ਦਿੱਤਾ, ਮੈਂ DC ਨੂੰ ਬੇਨਤੀ ਕੀਤੀ ਹੈ ਐਸਟੀਮੇਟ ਲਾ ਲਓ, ਜੇ ਇਹ ਤੋਂ ਵੱਧ ਵੀ ਲੋੜ ਪਏ ਮੈਂ ਹੋਰ ਭੇਜ ਦਿੰਦਾ। ਥੈਂਕ ਯੂ ਸਰ।